ਮੁਲਾਜ਼ਮ ਸਾਥੀਓ, ਅੱਜ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਜੋ ਕਿ ਖੰਨੇ ਦੇ ਵਿੱਚ ਉਹਨਾਂ ਨੇ ਕਿਸੇ ਪ੍ਰੋਗਰਾਮ ਦੇ ਲਈ ਆਉਣਾ ਅਤੇ ਮੇਰੀ ਪੋਸਟਿੰਗ ਜੋ ਕਿ ਧਾਰ ਕਲਾਂ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਵਿੱਚ, ਮੈਂ ਰਾਤ ਹੀ ਆਪਣੇ ਘਰ ਆਇਆ ਸੀ ਔਰ ਸਵੇਰ ਦਾ ਪੁਲਿਸ ਵੱਲੋਂ ਮੈਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਔਰ ਅੱਜ ਜਦੋਂ ਲਗਾਤਾਰ ਪੁਲਿਸ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਕਿਸੇ ਆਪਣੇ ਨਿੱਜੀ ਕੰਮ ਦੇ ਲਈ ਘਰੋਂ ਬਾਹਰ ਆਇਆ ਤਾਂ ਮੈਨੂੰ ਬਾਹਰ ਵੀ ਘਰ ਦੇ ਵਿੱਚ ਰੋਡ ਦੇ ਉੱਤੇ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਚਾਰ ਬੰਦੇ ਇੱਧਰ ਖੜ੍ਹ ਗਏ ਨੇ, ਚਾਰ ਪਿੱਛੇ, ਤੁਸੀਂ ਗੱਡੀ ਦੇਖ ਰਹੇ ਹੋਵੋਗੇ ਔਰ ਇਹ ਪੁਲਿਸ ਵੱਲੋਂ ਲਗਾਤਾਰ ਜਿਹੜੀ ਧੱਕੇਸ਼ਾਹੀ ਹੈ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀਤੀ ਜਾ ਰਹੀ ਹੈ। ਐਜੀਟੇਸ਼ਨਾਂ ਤਾਂ ਅਸੀਂ ਅਕਾਲੀ ਸਰਕਾਰ ਦੇ ਖਿਲਾਫ ਵੀ ਬਹੁਤ ਕੀਤੀਆਂ, ਐਜੀਟੇਸ਼ਨਾਂ ਅਸੀਂ ਕਾਂਗਰਸ ਸਰਕਾਰ ਦੇ ਖਿਲਾਫ ਵੀ ਬਹੁਤ ਕੀਤੀਆਂ, ਪਰ ਇਹ ਪਹਿਲੀ ਸਰਕਾਰ ਹੈ ਭਗਵੰਤ ਮਾਨ ਦੀ ਅਤੇ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਕਿ ਜਿਹੜੀ ਇੱਕ ਐਜੀਟੇਸ਼ਨ ਤੋਂ ਇੰਨਾ ਡਰ ਰਹੀ ਹੈ ਕਿ ਮੁਲਾਜ਼ਮ ਆਗੂਆਂ ਨੂੰ ਵੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਔਰ ਸਾਨੂੰ ਇਸ ਗੱਲ ਦੀ ਹੈਰਾਨਗੀ ਹੈ ਕਿ ਭਗਵੰਤ ਮਾਨ ਜੀ ਨੂੰ ਜਾਂ ਕੇਜਰੀਵਾਲ ਜੀ ਨੂੰ ਕਿਸ ਗੱਲ ਦਾ ਡਰ ਹੈ। ਜਿਹੜੀ ਪਾਰਟੀ ਆਪ ਧਰਨਿਆਂ ਤੋਂ ਉੱਠੀ ਹੋਵੇ, ਜਿਹੜੀ ਪਾਰਟੀ ਆਪ ਇੱਕ ਮੁਜ਼ਾਹਰਿਆਂ ਤੋਂ ਪਾਰਟੀ ਬਣੀ ਹੋਵੇ, ਉਹੀ ਪਾਰਟੀ ਸਾਨੂੰ ਸਾਡੀਆਂ ਹੱਕੀ ਮੰਗਾਂ ਅੱਗੇ ਰੱਖਣ ਤੋਂ ਰੋਕ ਰਹੀ ਹੈ, ਸਾਡੇ ਨਾਲ ਕੀਤੇ ਹੋਏ ਵਾਅਦਿਆਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ। ਸੋ ਅੱਜ ਸਿਰਫ ਤੁਹਾਡੇ ਨਾਲ ਰੂਬਰੂ ਹੋਣ ਦਾ ਇੱਕੋ ਇੱਕ ਕਾਰਨ ਹੈ ਕਿ ਜੇ ਇਹੀ ਹਾਲਾਤ ਸਰਕਾਰ ਦੇ ਰਹੇ ਤਾਂ ਕੀ ਇਹ ਸਰਕਾਰ 2024 ਦੀਆਂ ਚੋਣਾਂ ਦੇ ਵਿੱਚ ਜਿੱਤ ਪਾਏਗੀ, ਕਿਉਂਕਿ ਮੁਲਾਜ਼ਮ ਵਰਗੀ ਸੀ ਜਿਨ੍ਹਾਂ ਨੇ ਸਰਕਾਰ ਨੂੰ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚਾੜਿਆ ਸੀ। ਇਹ ਉਹੀ ਭਗਵੰਤ ਮਾਨ ਮੁੱਖ ਮੰਤਰੀ ਸੀਗੇ ਜਿਹੜੇ ਸਾਡੇ ਧਰਨੇ ਰੈਲੀਆਂ 'ਚ ਆ ਕੇ ਬੈਠ ਕੇ ਕਹਿੰਦੇ ਸੀ ਕਿ ਇੱਕ ਵਾਰ ਸਾਡੀ ਸਰਕਾਰ ਬਣਾ ਦਿਓ, ਤੁਹਾਨੂੰ ਧਰਨੇ ਰੈਲੀਆਂ ਕਰਨ ਦੇ ਲਈ ਲੋੜ ਨਹੀਂ ਪਏਗੀ, ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ। ਪਰ ਅੱਜ ਹਾਲਾਤ ਤੁਹਾਡੇ ਸਾਹਮਣੇ ਨੇ, ਸਾਡੀ ਇੱਕੋ ਇੱਕ ਮੰਗ ਹੈ ਪੁਰਾਣੀ ਪੈਨਸ਼ਨ ਸਕੀਮ ਦੇ ਬਾਰੇ। 15 ਤਰੀਕ ਦਾ ਸਮਾਂ ਮੁੱਖ ਮੰਤਰੀ ਨੇ ਦਿੱਤਾ ਹੋਇਆ ਅਤੇ ਸਰਕਾਰ ਡਰ ਕਿਸ ਗੱਲ ਤੋਂ ਰਹੀ ਹੈ ਔਰ ਸਾਡੇ ਕੁਝ ਮਹਿਜ਼ ਮੁਲਾਜ਼ਮਾਂ ਤੋਂ ਜੇ ਸਰਕਾਰ ਇੰਨੀ ਘਬਰਾ ਰਹੀ ਹੈ ਅਤੇ ਜਦੋਂ ਚੋਣ ਜ਼ਾਬਤਾ ਲੱਗ ਗਿਆ ਫਿਰ ਸਰਕਾਰ ਦੇ ਕੀ ਹਾਲਾਤ ਹੋਣਗੇ। ਸੋ ਮੇਰੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਇੰਨਾ ਨਾ ਡਰੋ, ਜਿਹੜੀਆਂ ਗੱਲਾਂ ਤੁਸੀਂ ਸਾਡੇ ਨਾਲ ਮੰਨੀਆਂ ਉਹ ਗੱਲਾਂ ਨੂੰ ਲਾਗੂ ਕਰੋ ਅਤੇ ਤੁਹਾਡਾ ਡਰ ਸਾਫ਼ ਦਿਖ ਰਿਹਾ ਕਿ ਤੁਸੀਂ ਅੱਜ ਸਾਨੂੰ ਘਰਾਂ 'ਚ ਨਜ਼ਰਬੰਦ ਕਰ ਰਹੇ ਹੋ, ਸਾਨੂੰ ਸੜਕਾਂ 'ਤੇ ਜਾਣ ਤੋਂ ਰੋਕ ਰਹੇ ਹੋ। ਇਹ ਬਹੁਤਾ ਚਿਰ ਸਰਕਾਰਾਂ ਤਾਨਾਸ਼ਾਹੀ ਨਹੀਂ ਚੱਲਦੀਆਂ, ਫੈਸਲਾ ਸਰਕਾਰ ਦੇ ਹੱਥ ਦੇ ਵਿੱਚ ਹੈ ਕਿ ਸਰਕਾਰ ਨੇ ਸਾਨੂੰ ਨਾਲ ਲੈ ਕੇ ਚੱਲਣਾ ਜਾਂ 24 ਦੇ ਵਿੱਚ ਸਾਡੀ ਵਿਰੋਧਤਾ ਦੇਖਣੀ। ਧੰਨਵਾਦ। ਜੈ ਜਨਤਾ, ਜੈ